ਅੱਛਾ ਮੈਂ ਦੇਖਾਂ ਤੋੜ ਕੇ। ਹਾਂਜੀ ਹਾਂਜੀ। ਬਾਈ ਯਾਰ ਨਾਲੇ ਆਮ ਕਹਿੰਦੇ ਹੁੰਦੇ ਪਕਾਉਣੀਆਂ ਪੈਂਦੀਆਂ। ਨਹੀਂ ਜੀ ਉੱਪਰ ਹੀ ਪੱਕਦੀਆਂ ਇਹਨਾਂ ਨੇ ਤਾਂ ਜੀ, ਉੱਪਰ ਪੱਕਦੀਆਂ ਇਹ। ਆਹ ਹੁਣ ਸੀਜ਼ਨ ਚੱਲ ਹੀ ਜਾਂਦਾ ਜੀ ਇਹਨਾਂ ਦੀ ਕਟਿੰਗ ਦਾ ਜੀ। ਯਾਰ ਸ਼ਾਇਦ ਅੰਗੂ ਲੱਗਦੀਆਂ ਦੇਖਣ ਨੂੰ ਤਾਂ ਇਦੂ ਗਾਂ, ਵਾਹਿਗੁਰੂ ਜਾਣਦਾ ਖਾਧੇ ਤੋਂ ਪਤਾ ਲੱਗੂਗਾ। ਹਾਂਜੀ ਹਾਂਜੀ। ਪ੍ਰੀਤ ਆ ਦੇਖੋ ਇੱਧਰ ਦਿਖਾ। ਹਾਂਜੀ ਹਾਂਜੀ। ਆਹਾ ਇਹ ਉੱਪਰ ਹੀ ਫਰੂਟ ਪੱਕਦਾ ਜੀ ਸਭ ਇਹਦਾ, ਇੱਥੇ ਉੱਤੇ ਹੀ ਫਰੂਟ ਪੱਕਦਾ। ਹਾਂਜੀ ਯਾਰ ਸਿਰਾ ਬਈ ਮਿੱਠਾ ਹੀ ਬਹੁਤ ਆ ਯਾਰ ਬਾਈ ਹੈ ਬਈ। ਰਾਜਸਥਾਨ ਦੇ ਵਿੱਚ ਨਾ ਮਾਹੌਲ ਦੇਖੋ, ਪਹਿਲਾਂ ਤਾਂ ਯਾਰ ਬਾਈ ਹੁਣਾਂ ਦੀ ਨਾ ਕੋਠੀ ਦੇ ਮੂਹਰੇ ਖਜੂਰਾਂ ਲੱਗੀਆਂ। ਮੈਂ ਨਾ ਯਾਰ ਨਾ ਤਾਂ ਕੋਠੀ ਦਾ ਮੁੱਲ ਹੀ ਵਧਾਇਆ ਪਿਆ ਯਾਰ ਬਾਈ ਖਜੂਰਾਂ ਨੇ। ਹੋ ਬਾਈ ਕਿੰਨਾ ਥਾਂ ਹੋਊਗਾ ਆਪਣਾ ਲੱਗਿਆ ਵਾਲਾ ਦਾ ਜੀ? 4 ਕਿੱਲੇ ਹੈ। ਅੱਛਾ 4 ਕਿੱਲਿਆਂ 'ਚ ਲਾ ਰੱਖਿਆ ਜੀ ਅਸੀਂ 650 ਪਲਾਂਟ। 650 ਪਲਾਂਟ ਲੱਗੇ ਜੀ। ਅਤੇ ਯਾਰ ਬਾਈ ਲੱਗਿਆ ਮਾਲ ਬਹੁਤ ਆ ਯਾਰ, ਗੁੱਛਿਆਂ ਦੇ ਗੁੱਛੇ ਮੈਂ ਤਾਂ ਹੈਰਾਨ ਆ ਯਾਰ। ਉਹ ਦੇਖੀ ਪ੍ਰੀਤ ਯਾਰ ਇੱਧਰ ਆ ਦੇਖੀ। ਹਾਂਜੀ ਹਾਂਜੀ। ਹਾਂ ਹਾਂਜੀ। ਕਿਵੇਂ ਲੱਗੇ ਪਾ ਯਾਰ, ਕਿੰਨਾ ਵਰਾਇਟੀ ਬੜੀ ਚੰਗੀ ਲੱਗੀ ਆ। ਹਾਂਜੀ ਇਹ ਤੁਸੀਂ ਲਾਈ ਕਿ ਤੁਹਾਡੇ ਬਾਪੂ ਨੇ ਲਾਈ ਸੀ ਬਾਈ? ਪਾਪਾ ਜੀ ਨੇ ਲਿਆਂਦੀ ਸੀ ਜੀ ਵਰਾਇਟੀ ਇਹ। ਅੱਛਾ ਜੀ। 11 ਸਾਲ ਹੋ ਗਏ ਲੱਗਿਆ ਨੂੰ ਇਹਨਾਂ ਨੂੰ ਜੀ। ਤਾਂ ਇਹ ਗੰਗਾ ਨਗਰ ਤੋਂ ਲੈ ਕੇ ਆਏ ਸੀ ਨਰਸਰੀ 'ਚੋਂ ਜੀ। ਠੀਕ ਆ ਜੀ ਠੀਕ ਆ। ਹਾਂ ਹੁਣ ਤਾਂ ਫਰੂਟਿੰਗ ਦਾ ਟਾਈਮ ਹੈ ਜੀ, ਤੋੜ ਰਹੇ ਇਹਨਾਂ ਨੂੰ, ਲੇਬਰ ਬਹੁਤ ਲੱਗੀ ਹੈ। ਅੱਛਾ ਜੀ। ਹੁਣ ਤੁਸੀਂ ਫਰੂਟਿੰਗ ਤੋੜ ਕੇ ਵੇਚ ਰਹੇ ਹਾਂ? ਹਾਂ ਸੇਲ ਹੋਈ ਜਾਂਦੀ ਹੈ ਜੀ ਇਹਨਾਂ ਦੀ। ਅੱਛਾ ਸੇਲ ਹੋਈ ਜਾਂਦੀ। ਹਾਂਜੀ ਹਾਂਜੀ। ਬਾਈ ਮੈਂ ਇੱਕ ਚੀਜ਼ ਹੋਰ ਦੇਖੀ ਆ, ਇੱਕ ਤੁਹਾਡੇ ਆਹ ਖੱਟੀਆਂ ਜਿਹੀਆਂ, ਇੱਕ ਇੱਧਰਲੇ ਪਾਏ ਹੋਰ ਸੀ ਜਾਮਣੀ ਜਿਹੀਆਂ। ਇਹ ਜੀ 3-4 ਵਰਾਇਟੀਆਂ 'ਚ ਹੈ ਜੀ ਇਹ। ਅੱਛਾ 3-4 ਵਰਾਇਟੀਆਂ। ਹਾਂਜੀ ਹਾਂਜੀ। ਅਤੇ ਯਾਰ ਜੇ ਕਿਸੇ ਨੇ ਆਏ ਯਾਰ ਕੋਠੀ ਦੇ ਮੂਹਰੇ ਮਾਰੇ ਆਏ 5-7 ਆਏ ਜਾਂ ਪਹੀ ਤੇ ਆਏ ਦਾਲੇ ਲਾਉਣਾ ਹੋਵੇ ਯਾਰ, ਜੱਚਦੀ ਬੜੀ ਆ ਕੋਠੀ। ਹਾਂਜੀ। ਹੈਂ ਹਾਂਜੀ। ਅਤੇ ਜੇ ਬਾਈ ਕਿਸੇ ਨੇ ਮੁੱਲ ਤੁਹਾਡੇ ਤੋਂ ਲੈਣੀਆਂ ਹੁਣ ਖਜੂਰਾਂ ਦੇ ਦਿਓਗੇ? ਹਾਂਜੀ ਮੁੱਲ ਦੇ ਦਾਂਗੇ ਜੀ ਖਜੂਰ ਸਭ, ਮਤਲਬ ਜੋ ਪਲਾਂਟ ਹੈ ਜੀ ਇਹਨਾਂ 'ਚ, ਜੇ ਕੋਈ ਡੈਕੋਰੇਟ ਵਾਲਾ ਲੈ ਕੇ ਜਾਊਗਾ ਉਹ ਵੀ ਇੱਕੋ ਰੇਟ ਹੈ ਜੀ, ਫਰੂਟਿੰਗ ਵਾਲਾ ਉਹ ਵੀ ਇੱਕੋ ਰੇਟ ਹੈ ਜੀ, ਜਿਹਨੇ ਜੀ ਜਿਹੜਾ ਲਿਜਾਣਾ। ਹਾਂਜੀ ਜੋ ਵੀ ਲਿਜਾਣਾ ਜੀ, ਹੁਣ ਲੱਗਣ ਦਾ ਟਾਈਮ ਸਹੀ ਹੈ ਇਹਨਾਂ ਦਾ। ਅੱਛਾ ਹੁਣੇ ਟਾਈਮ ਆ? ਹਾਂਜੀ ਹਾਂ, ਸਾਵਣ ਭਾਦੋਂ ਦੇ ਮਹੀਨੇ 'ਚ ਬਹੁਤ ਵਧੀਆ ਲੱਗਦੇ ਜੀ ਇਹ। ਅੱਛਾ ਹਾਂਜੀ ਹਾਂ। ਬਈ ਜੇ ਆਪਾਂ ਲਾ ਦਈਏ, ਜੇ ਮੰਨ ਕੇ ਚਲੋ ਬਾਈ ਤੁਹਾਡੇ ਕੋਲੋਂ ਕੋਈ ਬੰਦਾ ਲੈ ਕੇ ਗਿਆ ਆਹ ਬੂਟਾ, ਐਡਾ ਬੂਟਾ ਲੈ ਗਿਆ, ਹਾਂਜੀ ਹਾਂਜੀ, ਜੇ ਨਾ ਚੱਲਿਆ? ਨਹੀਂ ਜੀ ਵਧੀਆ ਜ਼ਿੰਮੇਦਾਰੀ ਨਾਲ ਚੱਲੂਗਾ, ਕਿਉਂਕਿ ਪਿਛਲੇ ਗੜੇ ਤੁਹਾਡੇ ਤੋਂ ਫੇਸਬੁੱਕ 'ਤੇ ਇੱਕ ਐਡ ਲਵਾਈ ਸੀਗੀ। ਹਾਂਜੀ। ਉਦੋਂ ਆਪਣੇ 150 ਤੋਂ ਪਲੱਸ ਪੌਦੇ ਸੇਲ ਹੋ ਗਏ ਸੀਗੇ। ਠੀਕ ਆ ਜੀ। ਜੋ ਕਿ ਉੱਧਰ ਹੀ ਗਏ ਸੀ, ਪਟਿਆਲਾ, ਲੁਧਿਆਣਾ, ਚੰਡੀਗੜ੍ਹ ਸਾਈਡ ਜੀ, ਕੁਛ ਜਲੰਧਰ ਸਾਈਡ ਵੀ ਗਏ ਜੀ। ਹਾਂਜੀ। ਅਤੇ ਸਾਰੇ ਚੱਲ ਪਏ ਆ? ਸਾਰੇ ਚੱਲ ਪਏ ਜੀ। ਜੇ ਮੰਨ ਲਓ ਵੀ ਬਾਈ ਚਾਂਸ ਨਾ ਚੱਲੇ, ਤੁਸੀਂ ਜ਼ਿੰਮੇਵਾਰੀ ਰੱਖ? ਹਾਂ ਜ਼ਿੰਮੇਵਾਰੀ ਤਾਂ ਜੀ ਪਾਣੀ 'ਤੇ ਹੈ ਜੀ, ਜੇ ਤਾਂ ਜਿੰਨਾ ਪਾਣੀ ਪਾਓਗੇ ਉਨਾ ਹੀ ਪੌਦਾ ਚੱਲੂਗਾ ਜੀ। ਉੱਪਰੋਂ ਇਹਨੂੰ ਅੱਗ ਚਾਹੀਦੀ ਹੈ, ਨੀਚੋਂ ਇਹਨੂੰ ਪੂਰਾ ਪਾਣੀ ਚਾਹੀਦਾ ਜੀ ਇਹਦੀ ਜੜਨ 'ਤੇ। ਬਾਈ ਊਂ ਚੱਲ ਪੈਂਦਾ ਵੱਡਾ ਜੀ ਲਾ ਲੈਂਦਾ? ਵਧੀਆ ਜੀ, ਮਸ਼ੀਨ ਨਾਲ ਕਢਾਉਣੇ ਆ ਜੀ, ਪੂਰੀਆਂ ਜੜ੍ਹਾਂ ਆਉਂਦੀਆਂ ਨਾਲ। ਅੱਛਾ ਜੀ। ਹਾਂਜੀ। ਅਤੇ ਪੂਰਾ ਬੰਨ ਅਸੀਂ ਦੇਖੋ, ਇੱਕ ਆ ਪਲਾਂਟ ਕੱਢਿਆ ਸੀਗਾ ਜੀ ਜੀ, ਇੱਥੋਂ ਇੱਕ ਪਲਾਂਟ ਕੱਢਤਾ ਸੀ, ਇਹਦੀ ਕਟਿੰਗ ਗਲਤ ਹੋ ਗਈ ਸੀ ਜੀ ਉਦੋਂ। ਅੱਛਾ ਜੀ। ਫਿਰ ਅਸੀਂ ਵਾਪਸ ਇੱਥੇ ਹੀ ਕੱਢਤਾ ਜੀ ਇਹਨੂੰ। ਅੱਛਾ ਆਹ ਚੱਲ ਪਿਆ ਜੀ ਦੇਖੋ ਤੁਸੀਂ। ਹਾਂ ਆਹ। ਹਾਂਜੀ ਇਹਦੀ ਕਟਿੰਗ ਜ਼ਿਆਦਾ ਹੋ ਗਈ ਸੀਗੀ ਉਦੋਂ ਜੀ, ਫਿਰ ਉਹ ਕਹਿੰਦੇ ਵੀ ਅਸੀਂ ਕਟਿੰਗ ਵਾਲਾ ਨਹੀਂ ਲੈ ਕੇ ਆਉਂਦੇ, ਅਸੀਂ ਪੂਰੇ ਪੱਤੀਆਂ ਵਾਲਾ ਲੈ ਕੇ ਜਾਵਾਂਗੇ। ਫਿਰ ਵਾਪਸ ਇਹਨੂੰ ਐਸੇ ਜਗ੍ਹਾ 'ਤੇ ਲਾਤਾ ਜੀ ਇੱਥੇ, ਅਤੇ ਚੱਲ ਪਿਆ? ਚੱਲ ਪਿਆ ਜੀ। ਸਿਰਫ ਪਾਣੀ ਦੀ ਕਰਾਮਾਤ ਹੈ ਜੀ ਇਹਨੂੰ, ਜੇ ਕਿਸੇ ਨੂੰ ਛੋਟੇ ਪਲਾਂਟ ਵੀ ਚਾਹੀਦੇ, ਛੋਟੇ ਵੀ ਜੀ 6-6 ਹਜ਼ਾਰ ਸਾਡੇ ਕੋਲ ਛੋਟੇ ਪਲਾਂਟ ਵੀ ਹੋਣਗੇ ਜੀ। ਛੋਟੇ ਪਲਾਂਟ ਵੀ ਹੈਗੇ ਆ, ਵੱਡੇ ਪਲਾਂਟ ਵੀ ਹੈਗੇ ਜੀ। ਜਿੱਡਾ ਵੱਡਾ ਲੈਣਾ ਵੱਡਾ ਲੈ ਲੇ, ਜਿੱਡਾ ਛੋਟਾ ਲੈਣਾ ਲੈਣਾ ਛੋਟਾ। ਹਾਂਜੀ। ਅਤੇ ਜਿੰਨੇ ਜ਼ਿਆਦਾ ਲੈਣੇ ਜ਼ਿਆਦਾ ਲੈ ਲੇ, ਥੋੜ੍ਹੇ ਲੈਣੇ ਥੋੜ੍ਹੇ ਲੈ। ਹਾਂਜੀ ਹਾਂ। ਆਉਣਾ ਇੱਥੇ ਹੀ ਪਊਗਾ? ਹਾਂਜੀ ਆਉਣਾ ਇੱਥੇ ਹੀ ਪਊਗਾ ਜੀ।
ਇਹ ਜਗ੍ਹਾ ਕਿਹੜੀ ਹੈ? ਜਗ੍ਹਾ ਜੀ ਪਿੰਡ ਹਰੀਪੁਰਾ, ਰਾਜਸਥਾਨ ਦਾ ਪਹਿਲਾ ਪਿੰਡ ਹੈ ਜੀ। ਪੰਜਾਬ ਤੋਂ 2 ਕਿਲੋਮੀਟਰ, ਉੱਧਰੋਂ ਹਰਿਆਣੇ ਤੋਂ 2 ਕਿਲੋਮੀਟਰ ਜੀ। ਔਰ ਸੰਗਰੀਆ ਸਾਡੇ ਤੋਂ ਜੀ ਇੱਥੋਂ 16 ਕਿਲੋਮੀਟਰ ਹੈ, ਡੱਬ ਵਾਲੀ 25 ਕਿਲੋਮੀਟਰ ਹੈ ਜੀ। ਠੀਕ ਹੈ, ਮਾੜਾ ਜਿਹਾ ਲੋਕੇਸ਼ਨ ਸਮਝ ਲਓ, ਬਾਕੀ ਤਾਂ ਫੋਨ ਤੇ ਬੰਦਾ ਸਮਝ ਲੈਂਦਾ ਲੋਕੇਸ਼ਨ। ਹਾਂਜੀ, ਤਾਂ ਜੇ ਕਿਸੇ ਵੀ ਸੱਜਣ ਨੇ ਲੈਣੇ, ਮਾੜਾ ਜਿਹਾ ਖਵਾਓ ਤਾਂ ਸਹੀ, ਕਿੰਨੇ ਕੁ ਮਿੱਠੇ ਆ ਬਾਈ? ਹਾਂਜੀ ਹਾਂਜੀ, ਇਹ ਗਲ ਜਾ ਤਾਂ ਨਹੀਂ ਫੜਦੀਆਂ ਬਾਈ? ਨਾ ਨਾ ਬਿਲਕੁਲ ਨਹੀਂ ਜੀ। ਲੈ ਵਿਖਾ ਖਾਂ ਬਾਈ ਕੋਈ, ਆ ਜਾ ਦੇਖ ਕੇ ਫਰੀਦ ਖਾ ਕੇ। ਓਏ ਇਹ ਤਾਂ ਯਾਰ ਗੁੱਛੇ ਬਹੁਤ ਲੱਗੇ ਯਾਰ। ਪਲਾਂਟ ਮੈਂ ਅੱਗੇ ਵੀ ਦੇਖਿਆ ਪਰ ਮੈਂ ਇੰਨਾ ਫਰੂਟ ਨਹੀਂ ਲੱਗਦਾ ਦੇਖਿਆ ਬਾਈ। ਨਹੀਂ ਫਰੂਟ ਬਹੁਤ ਲੱਗਦਾ ਜੀ ਇਹਨਾਂ ਨੂੰ ਤੇ। ਅੱਛਾ ਮੈਂ ਦੇਖਾਂ ਤੋੜ ਕੇ? ਹਾਂਜੀ ਹਾਂਜੀ। ਇਹ ਬਾਈ ਯਾਰ ਨਾਲੇ ਆਮ ਕਹਿੰਦੇ ਹੁੰਦੇ ਪਕਾਉਣੀਆਂ ਪੈਂਦੀਆਂ? ਨਹੀਂ ਜੀ, ਉੱਪਰ ਹੀ ਪੱਕਦੀਆਂ ਇਹਨਾਂ ਨੇ ਤਾਂ ਜੀ, ਉੱਪਰ ਪੱਕਦੀਆਂ ਇਹ। ਆ ਹੁਣ ਸੀਜ਼ਨ ਚੱਲ ਹੀ ਜਾਂਦਾ ਜੀ ਇਹਨਾਂ ਦੀ ਕਟਿੰਗ ਦਾ ਜੀ। ਯਾਰ ਸ਼ਾਇਦ ਅੰਗੂ ਲੱਗਦੀਆਂ ਦੇਖਣ ਨੂੰ ਤਾਂ ਇਦੂਗਾ, ਵਾਹਿਗੁਰੂ ਜਾਣਦਾ ਖਾਧੇ ਤੋਂ ਪਤਾ ਲੱਗੂਗਾ। ਹਾਂਜੀ ਹਾਂਜੀ। ਪ੍ਰੀਤ ਆ ਦੇਖੋ ਇੱਧਰ ਦਿਖਾ। ਹਾਂਜੀ ਹਾਂਜੀ, ਆਹਾ ਇਹ ਉੱਪਰ ਹੀ ਫਰੂਟ ਪੱਕਦਾ ਜੀ ਸਭ ਇਹਦਾ, ਇੱਥੇ ਉੱਤੇ ਹੀ ਫਰੂਟ ਪੱਕਦਾ। ਹਾਂਜੀ ਯਾਰ ਸਿਰਾ ਬਈ ਮਿੱਠਾ ਹੀ ਬਹੁਤ ਆ ਯਾਰ ਬਾਈ। ਹੈਂ ਵੱਡਾ ਬਾਈ ਨਾਲ ਆਏ ਵੱਡੇ ਬਾਈ ਦੂ ਦੇਖ ਕਿਵੇਂ ਹੈ? ਬਾਲੀ ਸਵਾਲ ਆ ਯਾਰ, ਹੈਨਾ ਬਾਈ? ਇਹ ਜਮਾ ਹੀ ਸ਼ਾਇਦ ਆ ਯਾਰ। ਹਾਂਜੀ 11 ਸਾਲ ਹੋ ਗਏ ਸਾਨੂੰ ਤਾਂ ਲਾਇਆ ਨੂੰ ਜੀ ਇਹਨਾਂ ਨੂੰ ਤੇ ਬਹੁਤ ਵਧੀਆ ਮਤਲਬ ਫਰੂਟ ਲੱਗਦਾ। ਇਹ ਲਾ ਨੇੜੇ ਬੈਠੇ ਜੀ ਤਾਂ ਇਹਨਾਂ ਨੂੰ ਕਢਵਾ ਰਹੇ ਜੀ ਇੱਕ ਇੱਕ ਵਿੱਚੋਂ ਇਹਨਾਂ ਦੇ ਪਲਾਂਟ ਜੀ। ਹਾਂ ਇੱਕ ਇੱਕ ਲਾਈਨ ਵਿੱਚੋਂ ਕਢਵਾਉਣੇ ਜੀ, ਹਵਾ ਲੱਗਣ ਲੱਗ ਜੂਗੀ ਇਹਨਾਂ ਨੂੰ। ਫਰੂਟ ਹੋਰ ਵੀ ਵੱਧ ਜੂਗਾ? ਹਾਂਜੀ ਹੋਰ ਵੀ ਵੱਧ ਜੂ ਫਰੂਟ ਜੀ। ਨਹੀਂ ਨਸਲ ਚੰਗੀ ਆ ਬਾਈ, ਸੋਹਣੀਆਂ ਬਹੁਤ ਆ, ਸੋਹਣੀਆਂ ਬਹੁਤ ਹੈ ਜੀ। ਜਦੋਂ ਤੁਹਾਡੀ ਕੋਠੀ ਵੱਲ ਨੂੰ ਆਏ, ਹਾਂਜੀ ਹਾਂ, ਆਏ ਜਾਣਦਾ ਵੀ ਸਵਾਦ ਆਇਆ ਯਾਰ ਵੇਖਣ ਦਾ, ਵੀ ਹਾਂ ਯਾਰ ਠੀਕ ਆ ਯਾਰ, ਹਾਂਜੀ ਚੀਜ਼ ਬਣੀ ਆ। ਹਾਂਜੀ ਲੈ ਵੀ ਸੱਜਣੋ ਜੇ ਕਿਸੇ ਨੇ ਲੈਣੀਆਂ ਨਾ, ਹਾਂਜੀ, ਤੇ ਇਸ ਰੁੱਤ 'ਚ ਬਾਈ ਕਿੰਨਾ ਚਿਰ ਰਹੂਗਾ ਫਰੂਟ? ਫਰੂਟ ਤਾਂ ਹੁਣ ਜੀ 15-20 ਦਿਨ ਚੱਲੂਗਾ ਜੀ ਇਹਨਾਂ ਦਾ। ਫਰੂਟ ਤਾਂ ਹੁਣ ਪੱਕਣ 'ਤੇ ਹੈ ਜੀ, ਬਾਕੀ ਜਿਵੇਂ ਜਿਵੇਂ ਪੱਕੀ ਜਾਂਦਾ ਜੀ ਉਵੇਂ ਉਵੇਂ ਲਈ ਵੀ ਜਾਂਦੇ ਜੀ ਫਰੂਟ ਇਹਦਾ। ਅੱਛਾ ਅੱਛਾ, ਹਾਂਜੀ ਮਤਲਬ ਜੇ ਕਿਸੇ ਨੇ 15-20 ਦਿਨਾਂ 'ਚ ਆਉਣਾ ਨਾ, ਹਾਂਜੀ ਹਾਂਜੀ, ਅਤੇ ਫਰੂਟ ਖਾ ਕੇ ਵੀ ਦੇ, ਫਰੂਟ ਖਾ ਕੇ ਚੈੱਕ ਵੀ ਕਰ ਸਕਦੇ ਜੀ। ਹਾਂਜੀ ਹਾਂ ਵੀ ਫਰੂਟ ਵੀ ਖਾ ਕੇ ਜਾਓ, ਕਿਲੋ ਕਿਲੋ ਤੁਹਾਨੂੰ ਫਰੂਟ ਵੀ ਦੇ ਕੇ ਤੋਰਾਂਗੇ ਜੀ। ਹਾਂਜੀ ਹਾਂਜੀ, ਹਾਂ ਸਹੀ ਹੈ ਜੀ। ਇੱਕ 91 ਸਾਲ ਆਉਣ ਲੱਗ ਜਾਂਦਾ ਜਿਵੇਂ ਜਿਵੇਂ ਆਪਾਂ ਵੱਡਾ ਲੈ ਲਿਆ ਬਾਈ ਬੂਟਾ, ਹਾਂਜੀ ਇਹ ਅਗਲੇ ਸਾਲ ਹੀ ਅਗਲੇ ਸਾਲ ਫਰੂਟ ਆਜੂਗਾ ਜੀ ਇਹਦਾ। ਇੱਕ ਸਾਲ ਗੈਪ ਪਾਊਗਾ, ਜਿਵੇਂ ਆਪਾਂ ਹੁਣ ਲਾਵਾਂਗੇ ਜੀ ਅਗਲੇ ਸਾਲ ਦਾ ਗੈਪ, ਉਸ ਤੋਂ ਅਗਲੇ ਸਾਲ ਫਰੂਟ ਆਊਗਾ, ਇੱਕ ਸਾਲ ਉਹਨੂੰ ਜੀ ਲਾਉਣ ਲੱਗੂਗਾ। ਹਾਂ ਜੜਾਂ ਪਾਊਗਾ ਜੀ ਉਹ। ਠੀਕ ਹੈ ਠੀਕ ਹੈ। ਉਹ 1 ਸਾਲ ਜਿਵੇਂ ਮੰਨ ਲਓ ਤੁਸੀਂ ਐਕਤੀ ਵੱਡਾ ਵੀ ਪਲਾਂਟ ਲੈ ਕੇ ਗਏ, ਹਾਂਜੀ 1 ਸਾਲ ਰੁਕੂਗਾ, ਉਦੋਂ ਬਾਅਦ ਫਿਰ ਉਸ ਤੋਂ ਬਾਅਦ ਹਾਂਜੀ ਜੜਾਂ ਪਾਊਗਾ ਜੀ। ਲੈ ਵੀ ਸਾਜਣੋ ਵੀਡੀਓ ਕਰ ਦਿਓ ਸ਼ੇਅਰ, ਜਿਹੜੇ ਵੀ ਬੰਦੇ ਨੂੰ ਕੋਈ ਵੀ ਪਲਾਂਟ ਮਿਸ ਨਹੀਂ ਹੁੰਦਾ ਜੀ, ਵਧੀਆ ਜੜਾਂ ਕਢਵਾਉਣੇ ਇੱਥੋਂ ਔਰ ਵਧੀਆ ਲੋਡਿੰਗ ਕਰਕੇ ਦੇਵਾਂਗੇ ਜੀ। ਟਰਾਂਸਪੋਰਟ ਦਾ ਵੀ ਸਾਡੇ ਕੋਲ ਸਭ ਹੈਗੇ ਸੁਵਿਧਾ ਜੀ ਇੱਥੋਂ। ਵੀ ਤੁਸੀਂ ਕੰਮ ਕਰਦੇ ਪੁਰਾਣਾ? ਹਾਂਜੀ ਹਾਂਜੀ ਹਾਂਜੀ, ਤੁਸੀਂ ਇਹ ਕੰਮ ਦੇ ਭੇਤੀ ਆ? ਹਾਂਜੀ ਭੇਤੀ ਆ ਜੀ, ਪੁਰਾਣੇ ਹੋ ਗਏ, ਹਾਂਜੀ ਭੇਤੀ ਹੋ ਗਏ ਬਾਈ। ਹੁਣ ਅਸੀਂ ਕਹਿੰਦੇ ਵੀ ਅਸੀਂ ਜੇ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਤੁਸੀਂ ਨਹੀਂ ਕਰ ਸਕਦੇ, ਅਸੀਂ ਇਧਰੋਂ ਕਰਕੇ ਦੇ ਦਿਆਂ ਕਰਕੇ ਸੈਂਡ ਕਰ ਰਹੇ ਵੀ ਤੁਸੀਂ ਖਰਚਾ ਕਰ ਦਿਓ। ਹਾਂਜੀ ਹਾਂਜੀ ਕਰ ਦਿਓ। ਹਾਂ ਵੀ ਤੁਹਾਡਾ ਚਾਰਜ ਤੁਹਾਨੂੰ ਲੱਗੂਗਾ ਜੀ? ਲੱਗੂਗਾ ਜੀ। ਤੇ ਭਾਈ ਜੇ ਕਿਸੇ ਨੇ ਬੂਟੇ ਲੈਣੇ ਆ 5, 10, 20, 50, ਹਾਂਜੀ ਜੇ ਕਿਸੇ ਨੇ ਜ਼ਿਆਦਾ ਲੈਣੇ ਹੋਣਗੇ ਤਾਂ ਉਹਦਾ ਟਰਾਂਸਪੋਰਟੇਸ਼ਨ ਦਾ ਵੀ ਫਾਇਦਾ ਹੋ ਜਾਊਗਾ, ਹਾਂਜੀ ਹੋ ਜਾਊਗਾ ਜੀ। ਤੇ ਇਧਰੋਂ ਥੋੜਾ ਬਹੁਤਾ ਰੇਟ 'ਚ ਵੀ ਰੇਟ 'ਚ ਕਰ ਲਾਂਗੇ, ਹਾਂ ਕੋਈ ਰੇਟ 'ਚ ਵੀ ਕਰ ਲਿਓ, ਜੇ ਇਕੱਠੇ ਹੋਏ ਤਾਂ ਰੇਟ 'ਚ ਵੀ ਕਰ ਲੂਗਾ। ਹਾਂਜੀ ਤੇ ਜੇ ਕਿਸੇ ਨੇ ਵੀ ਆਉਣਾ ਨਾਲ ਤਾਂ ਇਹਦੇ ਰਾਸਤਾ ਨਾਲ 'ਚ ਗੇੜਾ ਮਾਰ ਜਾਓ। ਹਾਂਜੀ ਹਾਂਜੀ ਠੀਕ ਹੈ ਕਿ ਨਹੀਂ? ਨਾਲੇ ਫਰੂਟ ਤੁਹਾਨੂੰ 1-2 ਕਿਲੋ ਦੇ ਕੇ ਤੋਰਨਗੇ, ਸਹੀ ਹੈ ਜੀ। ਨਾਲੇ ਬੂਟਾ ਤੁਸੀਂ ਆਪਦੀ ਤਸੱਲੀ ਨਾ ਵੇਖ ਕੇ ਵੇਖ ਕੇ, ਹਾਂ ਵੇਖ ਕੇ ਚੈੱਕ ਕਰਕੇ ਲੈ ਕੇ ਜਾਓ ਜੀ ਪਲਾਂਟ।
ਠੀਕ ਆ ਕਿ ਨਹੀਂ? ਤੇ ਇੱਕ ਗੱਲ ਹੋਰ ਆ, ਬਿਜੜੇ ਤੁਹਾਨੂੰ ਮੁਫ਼ਤ ਚ ਮਿਲ ਜਾਣਗੇ ਬਈ, ਇਹ ਤੁਹਾਡੇ ਘਰੇ ਆਟੋਮੈਟਿਕ ਹੀ ਆਉਣ ਲੱਗ ਜਾਣਗੇ ਜੋ ਉੱਪਰ ਹੈ। ਹਾਂ ਵੀ ਇਹ ਬਿਜੜਿਆਂ ਵਾਲੀ ਰੌਣਕ ਤੇ। ਹਾਂ ਇੱਕ ਗੱਲ ਹੈਗੀ ਆ ਬਾਈ, ਜਿਹੜੇ ਜਿਹੜੇ ਨਾ ਫਰੂਟਾਂ ਤੇ ਹੁਣ ਹਾਂਜੀ ਬਿਜੜਿਆਂ ਦੇ ਆਲ ਨੇ ਪਾਏ ਵੇ ਆ, ਹਾਂਜੀ ਹਾਂਜੀ, ਉਹ ਨਾ ਕਢਵਾਏ, ਉਹ ਨਹੀਂ ਕਢਵਾਉਂਦੇ ਜੀ, ਉਹ ਨਾ ਕਢਾਏ, ਨਾਲ ਹੀ ਭੇਜਾਂਗੇ ਜੀ ਸਭ ਕੁਛ। ਹਾਂਜੀ ਨਹੀਂ ਨਹੀਂ ਉਹ ਉਹ ਬੂਟੇ ਨਾ ਪੱਟਿਓ ਯਾਰ, ਨਹੀਂ ਪੱਟਦੇ। ਹਾਂਜੀ ਉਹ ਉਹਨਾਂ ਦਾ ਘਰ ਆਇਆ। ਹਾਂਜੀ ਹਾਂਜੀ ਸਹੀ ਹੈ ਜੀ, ਹੈਨਾ? ਹਾਂਜੀ ਹਾਂਜੀ, ਉਹ ਬੂਟੇ ਨਾ ਪੱਟਿਓ ਜਿਨ੍ਹਾਂ ਦੇ ਹੈ ਨਹੀਂ ਗੇ। ਬਹੁਤ ਹੀ ਪਲਾਂਟ ਹੈ ਜੀ ਜਿਨ੍ਹਾਂ ਉੱਪਰ ਲੱਗੇ ਹੋਏ ਆ, ਇਹ ਤਾਂ ਸੁਬਹ ਸ਼ਾਮ ਇੰਨੀ ਕੁ ਰੌਣਕ ਲੱਗ ਜਾਂਦੀ ਹੈ। ਹੁਣ ਜਿਵੇਂ ਪੁਰਾਣੀਆਂ ਚਿੜੀਆਂ ਹੁੰਦੀਆਂ ਸੀ ਉਹ ਤਾਂ ਹੈ ਨਹੀਂ ਜੀ, ਬਹੁਤ ਘੱਟ ਗਈਆਂ। ਹੁਣ ਇਹ ਉਹਨਾਂ ਦੀ ਜਗ੍ਹਾ ਲਈ ਬੈਠੀਆਂ ਇੱਥੇ, ਸੁਬਹ ਸ਼ਾਮ ਇਹਨਾਂ ਦੀ ਇੰਨੀ ਆਵਾਜ਼ ਹੈ। ਫਿਰ ਸਾਡੇ ਇੱਥੇ ਮੋਰ ਵੀ ਬਹੁਤ ਹੈ ਜੀ, ਮੋਰ ਵੀ ਬਹੁਤ ਆ ਜਾਂਦੇ ਆ ਜੀ, ਲਵੇ ਤੋਤੇ ਹੋ ਗਏ ਆ ਫਰੂਟ ਖਾਣ ਵਾਸਤੇ ਜੀ। ਪਰ ਦਿਨੋ ਦਿਨ ਕੀ ਹੈ ਜੀ, ਪੰਛੀਆਂ ਦੀ ਸੰਖਿਆ ਘਟੀ ਜਾਂਦੀ ਹੈ, ਇਹ ਚੀਜ਼ਾਂ ਰੌਣਕ ਦੀਆਂ। ਹਾਂ ਪਰ ਜੇ ਤੁਸੀਂ ਮਤਲਬ ਇਹ ਲਾਓਗੇ ਨਾ ਤੇ ਤੁਹਾਡੇ ਘਰੇ ਫਰੂਟ ਤੇ ਆ ਜਾਨਵਰ ਆਉਣਗੇ ਜੀ, ਆਉਣਗੇ, ਆਉਣਗੇ, ਆਨੰਦ ਆਊਗਾ। ਹਾਂਜੀ ਹਾਂਜੀ, ਤੇ ਤੁਸੀਂ ਨਾ ਯਾਰ ਖਜੂਰ ਵੀ ਜ਼ਰੂਰ ਲਾਓ। ਹਾਂਜੀ ਹਾਂਜੀ, ਤੇ ਜੇ ਕੋਈ ਲਾਉਣੀ ਚਾਹੁੰਦਾ ਤਾਂ ਬਈ ਨੰਬਰ ਬਾਈ ਹੋਣਾ ਦਾ ਨੋਟ ਕਰ ਲਓ। ਹਾਂਜੀ, ਜੇ ਕੋਈ ਤੁਹਾਡਾ ਮਿੱਤਰ ਪੈਲਸ ਪਾ ਰਿਹਾ, ਕੋਠੀ ਪਾ ਰਿਹਾ, ਹਾਂਜੀ ਤੁਹਾਨੂੰ ਪਤਾ ਸਾਡਾ ਰਿਸ਼ਤੇਦਾਰ ਆਹ ਕਰ ਰਿਹਾ, ਹਾਂਜੀ, ਤੇ ਉਹਨੂੰ ਨੰਬਰ ਭੇਜ ਦਿਓ। ਹਾਂਜੀ, ਉਹਨੂੰ ਵਟਸਐਪ ਕਰ ਦਿਓ ਨੰਬਰ, ਪਹੁੰਚਦਾ ਹੈ ਜੀ, ਪਹੁੰਚ ਵੀ ਕਰਵਾ ਦਾਂਗੇ, ਟਰਾਂਸਪੋਰਟ ਦਾ ਸਭ ਸੁਵਿਧਾ ਸਾਡੇ ਕੋਲ ਜੀ। ਠੀਕ ਹੈ, ਹਾਂਜੀ ਠੀਕ ਠੀਕ ਹੈ ਜੀ, ਹਾਂਜੀ।